This is English Helpline. We always try to simplify the process of learning grammar of English language. The pehla present indefinite and past indefinite. Present indefinite verb ਦੀ first form ਲੱਗੀ ਹੁੰਦੀ ਆ। ਇਹਦਾ ਜਦੋਂ passive ਬਣਾਓਗੇ ਕਿਉਂਕਿ verb ਦੀ first form ਆ ਤਾਂ ਤੁਸੀਂ passive ਦੇ ਲਈ is ਜਾਂ ਫਿਰ are ਲਗਾਓਗੇ, depends on number of objects. ਪਾਸਟ ਇੰਡੈਫੀਨਾਈਟ ਦੇ ਵਿੱਚ ਵਰਬ ਦੀ ਸੈਕੰਡ ਫਾਰਮ ਲੱਗੀ ਹੋਏਗੀ। ਆਪਾਂ ਜਦੋਂ ਇਹਨੂੰ ਪੈਸਿਵ ਦੇ ਵਿੱਚ ਚੇਂਜ ਕਰਾਂਗੇ ਤਾਂ ਆਪਾਂ ਵਾਜ਼ ਐਂਡ ਵਰ ਯੂਜ਼ ਕਰਾਂਗੇ ਪਲੱਸ ਵਰਬ ਦੀ ਥਰਡ ਫਾਰਮ। ਪ੍ਰੈਜ਼ੈਂਟ ਕੰਟੀਨਿਊ ਟੈਂਸ ਇਜ਼ ਐਮ ਆਰ ਵਰਬ ਦੀ ਫਸਟ ਫਾਰਮ ਦੇ ਨਾਲ ਆਈ ਐਨ ਜੀ, ਅਤੇ ਤਾਂ ਆਪਾਂ ਬੀਇੰਗ ਲਗਾਵਾਂਗੇ ਕਿਉਂਕਿ ਇਜ਼ ਐਮ ਆਰ ਦੇ ਨਾਲ ਵਰਬ ਦੀ ਫਾਰਮ ਨਾਲ ਆਈ ਐਨ ਜੀ ਲੱਗੀ ਜ਼ਰੂਰੀ ਆ। ਅਤੇ ਜੋ ਆਪਣਾ ਪੈਸਿਵ ਸੈਂਟੈਂਸ ਆ ਉਹਦਾ ਰੂਲ ਇਹ ਆ ਕਿ ਵਰਬ ਦੀ ਥਰਡ ਫਾਰਮ ਵੀ ਲੱਗਣੀ ਜ਼ਰੂਰੀ ਆ, ਤਾਂ ਇਸ ਲਈ ਆਪਾਂ ਵਿਚਕਾਰ ਬੀਇੰਗ ਲਗਾ ਦੇਵਾਂਗੇ, ਠੀਕ ਹੈ, ਦੋਨਾਂ ਨੂੰ ਕਨੈਕਟ ਕਰਨ ਦੇ ਲਈ। ਜਦੋਂ ਪਾਸਟ ਕੰਟੀਨਿਊਸ ਆ ਸੇਮ ਰੂਲ ਆ, ਸਿਰਫ ਵਾਜ਼ ਵਰ ਆ, ਵਰ ਦੀ ਫਸਟ ਫਾਰਮ 'ਤੇ ਆਈ ਐਨ ਜੀ, ਬੀਇੰਗ ਲੱਗ ਜਾਏਗਾ ਵਰ ਦੀ ਥਰਡ ਫਾਰਮ, ਦੈਟ ਸਿੰਪਲ। ਪ੍ਰੈਜੈਂਟ ਪਰਫੈਕਟ ਟੈਂਸ ਹੈਜ਼, ਹੈਵ ਐਂਡ ਵਰ ਦੀ ਥਰਡ ਫਾਰਮ ਲੱਗੀ ਹੁੰਦੀ ਆ ਪ੍ਰੈਜੈਂਟ ਪਰਫੈਕਟ ਟੈਂਸ ਦੇ ਵਿੱਚ। ਜਦੋਂ ਉਹਨੂੰ ਪੈਸਿਵ ਕਰਨਾ ਵਾ ਹੈਜ਼ ਜਾਂ ਹੈਵ ਆ ਤਾਂ ਉਹਦੇ ਨਾਲ ਬੀਨ ਲੱਗ ਜਾਏਗਾ। ਹੈਜ਼ ਹੈਵ ਡਿਪੈਂਡ ਕਰਦਾ ਕਿ ਜਿਹੜੇ ਤੁਹਾਡੇ ਓਬਜੈਕਟਸ ਨੇ ਉਹ ਪਲੂਰਲ ਨੇ ਜਾਂ ਫਿਰ ਸਿੰਗੂਲਰ ਆ। ਨੈਕਸਟ ਆਪਾਂ ਕੁਛ ਜਿਹੜੇ ਨੇ ਮੋਡਲਸ ਕਰਾਂਗੇ, ਜਿਵੇਂ ਕਿ ਕੈਨ, ਕੁੱਡ, ਮਸਟ, ਔਟ ਟੂ। ਜਦੋਂ ਇਹ ਵਰਡਸ ਆ ਜਾਂਦੇ ਨੇ ਆਪਾਂ ਇਹਨਾਂ ਸੈਂਟੈਂਸ ਨੂੰ ਪੈਸਿਵ ਦੇ ਵਿੱਚ ਲੈ ਕੇ ਜਾਣਾ ਤਾਂ ਬੀ ਪਲੱਸ ਵਰਬ ਦੀ ਥਰਡ ਫਾਰਮ ਲੱਗ ਜਾਏਗੀ, ਜਿਵੇਂ ਕਿ ਪਹਿਲੀ ਐਗਜ਼ਾਮਪਲ ਆਪਣੇ ਕੋਲ। ਸ਼ੁੱਡ, ਸ਼ੁੱਡ ਦੇ ਨਾਲ ਬੀ ਲੱਗ ਜਾਏਗਾ ਐਂਡ ਵਰਬ ਦੀ ਥਰਡ ਫਾਰਮ ਲੱਗ ਜਾਏਗੀ। ਹੁਣ ਇਹਦੇ ਲਈ ਕੁਛ ਐਗਜ਼ਾਮਪਲਸ ਨੇ। ਲਾਸਟ ਦੇ ਵਿੱਚ ਇੱਕ ਐਕਸਰਸਾਈਜ਼ ਆ ਤੁਹਾਡੇ ਲਈ, ਕੁਛ 4-5 ਸੈਂਟੈਂਸਿਸ ਨੇ, ਐਕਟਿਵ ਸੈਂਟੈਂਸਿਸ ਨੇ, ਇਹਨੂੰ ਤੁਸੀਂ ਪੈਸਿਵ ਦੇ ਵਿੱਚ ਚੇਂਜ ਕਰਨਾ ਵਾ। 5 ਸੈਂਟੈਂਸ ਨੇ ਟੋਟਲ, ਇਹ ਕੋਸ਼ਿਸ਼ ਕਰਨੀ ਇਹਨਾਂ ਨੂੰ ਚੇਂਜ ਕਰਨ ਦੀ। ਐਂਡ ਲਾਸਟ, ਥੈਂਕ ਯੂ ਵੈਰੀ ਮੱਚ ਫੋਰ ਵਾਚਿੰਗ ਦਿਸ ਵੀਡੀਓ।